ਉਹ ਫੌਜੀ ਬੰਦਾ ਤੂੰ ਪੈਸੇ ਪੱਕਿਆਂ ਵਾਲੇ ਭਾਲਦਾ ਏਦਾਂ ਨਹੀਂ ਚੱਲਦਾ ਕਾਕਾ ਉਹ ਸੋਚਿਆ ਨਹੀਂ ਸੀ ਕਦੇ ਆ ਵੀ ਦਿਨ ਆਉਣਗੇ ਉਹ ਯਾਰਾਂ ਨਾਲ ਖੜ ਫੈਨ ਫੋਟੋਆਂ ਖਿਚਾਉਣਗੇ ਇਹ ਲਿਖੀਆਂ ਸਭ ਨਸੀਬ ਦੀਆਂ ਉੱਥੇ ਸੁਣੀਆਂ ਗਈਆਂ ਗਰੀਬ ਦੀਆਂ ਇਹ ਲਿਖੀਆਂ ਸਭ ਨਸੀਬ ਦੀਆਂ ਉੱਥੇ ਸੁਣੀਆਂ ਗਈਆਂ ਗਰੀਬ ਦੀਆਂ ਸੋਚਿਆ ਨਹੀਂ ਸੀ ਕਦੇ ਆ ਵੀ ਦਿਨ ਸੋਚਿਆ ਨਹੀਂ ਸੀ ਕਦੇ ਇਹ ਵੀ ਦਿਨ ਆਉਣਗੇ ਯਾਰਾਂ ਨਾਲ ਖੜ ਫੈਨ ਫੋਟੋਆਂ ਖਿਚਾਉਣਗੇ ਅੱਜ ਆਪਾਂ ਗੱਲ ਕਰ ਰਹੇ ਹਾਂ ਗੁਰਮੁਖ ਸਿੰਘ ਸੰਧੂ ਦੀ ਜਾਣੀ ਕਿ ਗੈਰੀ ਸੰਧੂ ਦੀ ਪਹਿਲਾਂ ਤਾਂ ਤੁਹਾਡਾ ਵਿਰਸਾ ਟੀਵੀ ਵਾਚ ਪੰਜਾਬੀ ਅਤੇ ਦੇਸੀ ਤੜਕਾ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਗੈਰੀ ਸੰਧੂ ਉਹ ਪੰਜਾਬੀ ਸਿੰਗਰ ਜਿਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਚੰਗੇ ਗਾਣੇ ਦੇ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਇੱਕ ਵੱਖਰਾ ਨਾਮ ਬਣਾਇਆ ਗੈਰੀ ਸੰਧੂ ਦਾ ਜਨਮ ਰੌੜਕਾ ਕਲਾਂ ਨੀਅਰ ਗੁਰਾਇਆ ਅਤੇ ਡਿਸਟ੍ਰਿਕਟ ਜਲੰਧਰ ਵਿਖੇ ਹੋਇਆ ਗੈਰੀ ਸੰਧੂ ਦੇ ਫੈਨ ਚੱਲਦੀ ਚੱਲਦੀ ਵੀਡੀਓ ਲਾਈਕ ਕਰਿਓ ਅਤੇ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਗੈਰੀ ਸੰਧੂ ਨੂੰ ਸ਼ੁਰੂ ਤੋਂ ਹੀ ਗਾਉਣ ਦਾ ਸ਼ੌਂਕ ਸੀ ਪਰ ਘਰ ਦੇ ਹਾਲਾਤ ਨਾ ਠੀਕ ਹੋਣ ਕਰਕੇ ਉਹ ਗਾਣਾ ਨਹੀਂ ਕੱਢ ਸਕਦੇ ਸੀ ਅਤੇ ਉਹ ਆਪ ਪੈਸੇ ਕਮਾ ਕੇ ਗਾਣਾ ਕੱਢਣਾ ਚਾਹੁੰਦੇ ਸੀ 10ਵੀਂ ਫੇਲ ਹੋਣ ਕਰਕੇ ਅਤੇ ਘਰ ਦੀਆਂ ਮਜਬੂਰੀਆਂ ਦੇ ਕਰਕੇ ਗੈਰੀ ਸੰਧੂ ਨੂੰ ਬਾਹਰ ਜਾਣਾ ਪਿਆ ਅਤੇ 2002 ਦੇ ਵਿੱਚ ਗੈਰੀ ਸੰਧੂ ਨੂੰ ਘਰਦਿਆਂ ਨੇ ਬਾਹਰ ਭੇਜ ਦਿੱਤਾ ਜਦੋਂ ਗੈਰੀ ਸੰਧੂ ਦੀ ਉਮਰ 17 ਸਾਲ ਦੀ ਸੀ 2002 ਤੋਂ 2004 ਤੱਕ ਗੈਰੀ ਸੰਧੂ ਨੇ ਪੈਸੇ ਕਮਾ ਕੇ ਉਹਨਾਂ ਰਿਸ਼ਤੇਦਾਰਾਂ ਦੇ ਪੈਸੇ ਵਾਪਸ ਕੀਤੇ ਜਿਹਨਾਂ ਤੋਂ ਬਾਹਰ ਜਾਣ ਦੇ ਲਈ ਪੈਸੇ ਫੜੇ ਸੀ ਅਤੇ 2 ਸਾਲਾਂ ਦੀ ਮਿਹਨਤ ਦੇ ਨਾਲ ਹੀ ਗੈਰੀ ਸੰਧੂ ਸਾਰੇ ਪੈਸੇ ਵਾਪਸ ਕਰ ਦਿੱਤੇ ਜੇ ਆਪਾਂ ਉਹਦੀ ਮਿਊਜ਼ਿਕ ਲਾਈਫ ਬਾਰੇ ਗੱਲ ਕਰੀਏ ਤਾਂ ਉਹਨਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਉਣ ਦੇ ਲਈ 8 ਸਾਲ ਲੱਗ ਗਏ ਅਤੇ 8 ਸਾਲ ਦੀ ਮਿਹਨਤ ਤੋਂ ਬਾਅਦ ਉਹਨਾਂ ਦਾ ਗਾਣਾ ਆਇਆ ਮੈਂ ਨਹੀਂ ਪੀਂਦਾ ਹਾਣ ਦੀਏ ਜਿਸ ਨੂੰ ਸਰੋਤਿਆਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਇਹ ਗਾਣੇ ਤੋਂ ਬਾਅਦ ਗਾਣਾ ਆਇਆ ਸਾਹਾਂ ਤੋਂ ਪਿਆਰਿਆ ਇਹ ਗਾਣੇ ਨੂੰ ਵੀ ਸਰੋਤਿਆਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਇਹਨਾਂ ਗਾਣਿਆਂ ਤੋਂ ਬਾਅਦ 12 ਜਨਵਰੀ 2012 ਦੇ ਵਿੱਚ ਗੈਰੀ ਸੰਧੂ ਨੂੰ UK ਤੋਂ ਡਿਪੋਰਟ ਕਰ ਦਿੱਤਾ ਗਿਆ ਕਿਉਂਕਿ ਗੈਰੀ ਸੰਧੂ ਬਿਨਾਂ ਪੇਪਰਾਂ ਤੋਂ UK ਵਿੱਚ ਰਹਿੰਦਾ ਸੀ ਅਤੇ ਪੇਪਰ ਨਾ ਹੋਣ ਕਰਕੇ ਗੈਰੀ ਸੰਧੂ ਨੂੰ 12 ਜਨਵਰੀ 2012 ਨੂੰ UK ਤੋਂ ਡਿਪੋਰਟ ਕਰ ਦਿੱਤਾ ਗਿਆ ਜਦ ਇੱਕਦਮ ਗੈਰੀ ਸੰਧੂ ਦੇ ਫਿਰ ਮਾੜਾ ਟਾਈਮ ਆਇਆ ਤਾਂ ਏਅਰਪੋਰਟ 'ਤੇ ਇੰਡੀਆ ਭੇਜਣ ਲੱਗੇ ਤਾਂ ਗੈਰੀ ਸੰਧੂ ਦੇ ਨਾਲ ਕੁਝ ਫੈਨ ਉਹਨਾਂ ਨਾਲ ਫੋਟੋਆਂ ਖਿਚਵਾ ਰਹੇ ਸੀ ਤਾਂ ਗੈਰੀ ਸੰਧੂ ਦੇ ਦਿਮਾਗ ਵਿੱਚ ਇੱਕ ਗੱਲ ਆਈ ਸੋਚਿਆ ਨਹੀਂ ਸੀ ਕਦੇ ਇਹ ਵੀ ਦਿਨ ਆਉਣਗੇ ਯਾਰਾਂ ਨਾਲ ਖੜ ਫੈਨ ਫੋਟੋਆਂ ਖਿਚਾਉਣਗੇ ਗੈਰੀ ਸੰਧੂ ਨੇ ਇੰਡੀਆ ਆ ਕੇ ਇਹ ਗੀਤ ਆਪਣੇ ਦੋਸਤ ਜੱਗੀ ਸੰਧੂ ਦੇ ਨਾਲ ਸ਼ੇਅਰ ਕੀਤਾ ਅਤੇ ਫਿਰ ਜੱਗੀ ਸੰਧੂ ਅਤੇ ਗੈਰੀ ਸੰਧੂ ਨੇ ਇਹ ਗਾਣਾ ਲਿਖਿਆ ਇੱਕ ਤੇਰਾ ਸਹਾਰਾ ਮਿਲ ਜੇ ਦਾਤਾ ਦੁਨੀਆ ਦੀ ਪਰਵਾਹ ਨਹੀਂ ਕਰਦਾ ਇਸ ਗਾਣੇ ਦੇ ਨਾਲ ਗੈਰੀ ਸੰਧੂ ਨੇ ਫਿਰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਇੰਡੀਆ ਤੋਂ ਆ ਕੇ ਐਂਟਰੀ ਮਾਰੀ ਇਸ ਗਾਣੇ ਤੋਂ ਬਾਅਦ ਗਾਣਾ ਆਇਆ ਇੱਕ ਗੱਲ ਜੋ ਕਿ ਡਿਊਟ ਗਾਣਾ ਸੀ ਇਸ ਗਾਣੇ ਨੂੰ ਸਰੋਤਿਆਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਗੈਰੀ ਸੰਧੂ ਦਾ ਇੱਕ ਵੱਖਰਾ ਨਾਮ ਬਣ ਗਿਆ ਇਸ ਗਾਣੇ ਤੋਂ ਬਾਅਦ ਗੈਰੀ ਸੰਧੂ ਨੇ ਹਿੱਟ ਤੋਂ ਹਿੱਟ ਗਾਣੇ ਦਿੱਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਜੋ ਡਿੱਗ ਕੇ ਸੰਭਲ ਜਾਂਦਾ ਹੈ ਉਹ ਅਕਸਰ ਜ਼ਿੰਦਗੀ ਸਮਝ ਜਾਂਦਾ ਹੈ ਅਤੇ ਗੈਰੀ ਸੰਧੂ ਨੇ ਹਮੇਸ਼ਾ ਹੀ ਮਿਹਨਤ 'ਤੇ ਯਕੀਨ ਰੱਖਿਆ ਅਤੇ ਮਿਹਨਤ ਦਾ ਮੁੱਲ ਇੱਕ ਨਾ ਇੱਕ ਦਿਨ ਜ਼ਰੂਰ ਪੈ ਜਾਂਦਾ ਹੈ ਕਦੇ ਵੀ ਨਿਰਾਸ਼ ਹੋ ਕੇ ਹਿੰਮਤ ਨਾ ਹਾਰੋ ਕੀ ਪਤਾ ਜ਼ਿੰਦਗੀ ਤੁਹਾਡੇ ਲਈ ਕਿੰਨੀਆਂ ਖੁਸ਼ੀਆਂ ਸਾਂਭੀ ਬੈਠੀ ਹੈ ਇਹ ਤਾਂ ਸੀ ਗੈਰੀ ਸੰਧੂ ਜ਼ਿੰਦਗੀ ਦੇ ਬਾਰੇ ਅਤੇ ਮਿਲਦੇ ਹਾਂ ਹੋਰ ਵੀਡੀਓ ਦੇ ਨਾਲ ਜਿਹਨਾਂ ਨੇ ਸਾਡਾ ਵਿਰਸਾ ਟੀਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਸਾਡੀ YouTube ਦੀ ਫੈਮਿਲੀ ਹੋ ਸਕੇ ਹੋਰ ਵੱਡੀ ਅਤੇ ਅੱਜ ਲਈ ਇੰਨਾ ਹੀ ਅਤੇ ਨਵੀਂ ਵੀਡੀਓ ਨਾਲ ਜਲਦੀ ਹੀ ਮਿਲਦੇ ਹਾਂ ਤੁਸੀਂ ਦੇਖ ਰਹੇ ਹੋ ਵਿਰਸਾ ਟੀਵੀ ਸਾਡੀਆਂ ਨਵੀਂ ਅਪਡੇਟ ਦੇਖਣ ਦੇ ਲਈ ਵਿਰਸਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਦਬਾ ਦਿਓ ਬੈਲ ਦਾ ਆਈਕਾਨ